ਸੀ ਜਿਹੜੀ ਅਸੀਂ ਐਲ ਈ ਡੀ ਲਾਈਟ ਦੀ ਗੱਲ ਕੀਤੀ ਸੀ ਕਿ ਅਸੀਂ ਐਲ ਈ ਡੀ ਲਾਈਟ ਲਗਾਵਾਂਗੇ ਠੀਕ ਹੈ ਤਾਂ ਐਲ ਈ ਡੀ ਲਾਈਟ ਜਿਹੜੀ ਆ ਇਹ ਅਸੀਂ ਲਗਾਉਣ ਲੱਗੇ ਹਾਂ ਅਤੇ ਬਾਈਕ 'ਤੇ ਲਗਾਉਣ ਲੱਗੇ ਹਾਂ ਤਾਂ ਤੁਹਾਨੂੰ ਦਿਖਾਉਂਦੇ ਹਾਂ ਹੁਣੇ ਥੋੜ੍ਹੇ ਚਿਰ ਤੱਕ ਬਾਈਕ ਰੈਡੀ ਕਰਦੇ ਹਾਂ ਲੈਗ ਗਾਰਡ 'ਤੇ ਲਾਈਟਾਂ ਅਸੀਂ ਲਗਾਉਣੀਆਂ ਨੇ ਤਾਂ ਨਾਲ ਨਾਲ ਲਗਾ ਕੇ ਨਾਲ ਨਾਲ ਤੁਹਾਨੂੰ ਵੀਡੀਓ ਪਾਉਂਦੇ ਹਾਂ ਲਓ ਜੀ ਜਿਹਨਾਂ ਜਿਹਨਾਂ ਚੀਜ਼ਾਂ ਦੀ ਲੋੜ ਪੈਣੀ ਹੈ ਕਟਰ ਟੇਪ ਆਪਣੀ ਮੇਨ ਕੀ ਜਿਹੜੀ ਆਪਾਂ ਟੂਲ ਬਾਕਸ ਦੀ ਹੁੰਦੀ ਆ ਠੀਕ ਹੈ ਦੋ ਐਲ ਈ ਡੀ ਆਪਣਾ ਹੈਗੇ 10 ਨੰਬਰ ਦੇ ਨਾਟ ਸਕਰੂ ਠੀਕ ਹੈ ਚਾਰ ਵਾਸ਼ਲਾਂ ਦੋ ਕਲੰਪ ਪਾਨਾ 10 ਨੰਬਰ ਦਾ ਅਤੇ ਵੱਡਾ ਪੇਸਕਸ ਐਲ ਈ ਡੀ ਲਾਈਟ ਠੀਕ ਹੈ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਮੇਨ ਲੋੜ ਪੈਂਦੀ ਹੈ ਜਿਹੜੇ ਆਪਾਂ ਲਗਾਉਣੀਆਂ ਨੇ ਠੀਕ ਹੈ ਇੱਥੇ ਆਪਾਂ ਇਸ ਰੂਪ 'ਤੇ ਲਗਾਉਣੀਆਂ ਨੇ ਇਸ ਰੂਪ ਟੇਢੀਆਂ ਕਰਕੇ ਠੀਕ ਹੈ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਮੇਰੇ ਲੱਗਣੀਆਂ ਹੁਣੇ ਦਿਖਾਉਂਦੇ ਹਾਂ ਅਤੇ ਆਪਣੀਆਂ ਐਲ ਈ ਡੀ ਲਾਈਟਾਂ ਨੇ ਫਲੈਸ਼ਰ ਲਾਈਟ ਵੀ ਆ ਵਿਦ ਨਾਲ ਲਾਈਟ ਵੀ ਹੈ ਠੀਕ ਹੈ ਵੈਸੇ ਇਹਨਾਂ ਨੇ ਹੁਣ ਇਸੇ ਲਾਈਟ ਦਾ ਟ੍ਰੈਂਡ ਚੱਲਦਾ ਪਿਆ ਆਪਾਂ ਇਸ ਰੂਪ ਲਗਾਉਣੀ ਆ ਇਸ ਰੂਪ ਜਿਹੜੀ ਆ ਲੱਗਦੇ ਇਸ ਲੈਂਥ 'ਤੇ ਲੱਗੇ ਨਾ ਸਲੈਂਸਰ ਦੇ ਨਾਲ ਲੱਗੇ ਅਤੇ ਨਾ ਵੈਸੇ ਲੱਗੇ ਤਾਂ ਇੱਕ ਸੋਹਣੀ ਵੀ ਲੱਗੇਗੀ ਨਾਲੇ ਠੀਕ ਹੈ ਅਤੇ ਵੈਸੇ ਤਾਂ ਇਸ ਰੂਪ ਵੀ ਆਪਾਂ ਲਗਾ ਸਕਦੇ ਹਾਂ ਇੱਥੇ ਵੈਸੇ ਇੱਥੇ ਵੀ ਸੋਹਣੀ ਲੱਗਦੀ ਆ ਮੇਰਾ ਇਰਾਦਾ ਇੱਥੇ ਲਗਾਈਏ ਦੋਵਾਂ ਪਾਸਾਂ ਇੱਥੇ ਲਗਾਉਂਦੇ ਹਾਂ ਸੋਹਣੀ ਲੱਗਦੀ ਹੈ ਜੋ ਉੱਪਰ ਲਗਾਉਂਦੇ ਹਾਂ ਉੱਪਰ ਕੀ ਕਾਰਨ ਹੋ ਜਾਂਦਾ ਕੋਈ ਚੀਜ਼ ਅੜ ਚੁੱਕੀ ਜਾਂ ਕੁਛ ਹੋ ਗਿਆ ਉਹਦੇ ਨਾਲ ਪੋਲੀਥੀਨ ਨਾ ਅੜ ਗਈ ਇਹ ਚੱਕਰ ਪੈ ਜਾਂਦਾ ਪਰ ਇੱਥੇ ਅੜਨ ਦਾ ਕੋਈ ਚਾਂਸ ਨਹੀਂ ਗਾ ਇੱਥੇ ਲਾ ਦਿੰਦੇ ਇਹਨੂੰ ਠੀਕ ਹੈ ਨਾਲੇ ਵਾਇਰ ਇੱਥੋਂ ਲਾਗੋ ਸੌਖੀ ਅੰਦਰ ਚਲੇ ਜਾਏਗੀ ਆਪਾਂ ਇੱਥੇ ਲਗਾਉਂਦੇ ਇਹਨੂੰ ਇਸ ਰੂਪ 'ਤੇ ਓਕੇ ਜੀ ਕਰਦੇ ਹਾਂ ਵਲੌਗ ਆਪਾਂ ਸਟਾਰਟ ਲਓ ਜੀ ਕਿਆ ਬਾਤ ਹੈ ਇੱਕ ਡੈਸ਼ਿੰਗ ਲੁੱਕ ਲੱਗ ਰਹੀ ਇਹਨਾਂ ਦੀ ਵੀ ਠੀਕ ਹੈ ਤਾਂ ਬਾਕੀ ਦੂਸਰੀ ਲਗਾਉਣੀ ਆਪਾਂ ਠੀਕ ਹੈ ਕਲੰਪ ਲਗਾ ਕੇ ਇਸ ਰੂਪ ਆਪਾਂ ਇਸ ਰੂਪ ਲਗਾਤਾ ਹੈ ਪਰ ਇਹਦੀ ਵਾਇਰਿੰਗ ਕਿਆ ਬਾਤ ਹੈ ਬਾਈ ਪਰਫੈਕਟ ਵਾਇਰਿੰਗ ਹੋਈ ਆ ਠੀਕ ਹੈ ਇਸ ਸਾਈਡ ਦੇ ਨਾਲ ਨਾਲ ਕਰਕੇ ਇੱਕ ਬਸ ਇੱਥੇ ਟੇਪ ਆਪਾਂ ਨੂੰ ਥੋੜ੍ਹੀ ਜਿਹੀ ਲਗਾਉਣੀ ਪਏਗੀ ਠੀਕ ਹੈ ਬਾਕੀ ਇੱਧਰ ਚੈੱਕ ਕਰੋ ਪੂਰੀ ਚੈਸੀ ਦੇ ਨਾਲ ਨਾਲ ਫਿਟਿੰਗ ਹੋਈ ਹੈ ਵਿੱਚੋਂ ਦੀ ਇੱਥੋਂ ਰਾਹ ਹੈਗਾ ਸੀ ਉਹਦੇ ਵਿੱਚੋਂ ਦੀ ਕੱਢ ਕੇ ਐਂਦੀ ਕੱਢਤੀ ਹੈ ਨਾਲੇ ਵਾਇਰਿੰਗ ਚੈੱਕ ਕਰੋ ਯਾਰ ਕਿੰਨੀ ਲੈਂਥ ਹੈਗੀ ਇੱਕ ਚੀਜ਼ ਦਿੱਤੀ ਹੈ ਠੀਕ ਹੈ ਹੁਣ ਸਿੱਧਾ ਵਾਇਰਿੰਗ ਅੰਦਰ ਤੱਕ ਚੱਲ ਜਾਣੀ ਇਹਦੇ ਠੀਕ ਹੈ ਹੁਣ ਦੂਸਰੀ ਲਾਈਟ ਵੀ ਫਿੱਟ ਕਰਦੇ ਹਾਂ ਤਾਂ ਬਾਕੀ ਇੰਨਾ ਕਿ ਮੈਂ ਇਸ ਟਾਈਮ ਇਕੱਲਾ ਵਾਂ ਵੀਡੀਓ ਬਣਾਉਣ ਵਾਸਤੇ ਤਾਂ ਕਰਕੇ ਪੂਰੀ ਵੀਡੀਓ ਪੂਰੀ ਦਿਖਾ ਨਹੀਂ ਰਿਹਾ ਬਣਾ ਕੇ ਕਿ ਸ਼ਾਰਟਕੱਟ ਬਣਾ ਰਿਹਾ ਵਾਂ ਰੌਕ ਓਏ ਬੁੱਗੇ ਓਏ ਬਾਕੀ ਆ ਜਿਹੜਾ ਖਲਾਰਾ ਪਿਆ ਇਹਨੂੰ ਥੋੜ੍ਹਾ ਜਿਹਾ ਇਗਨੋਰ ਕਰੋ ਕਿਉਂਕਿ ਮੇਰੀ ਇਹ ਦੂਸਰੀ ਸਟੋਰ ਰੂਮ ਹੈ ਜਿੱਥੇ ਮੈਂ ਇਸ ਟਾਈਮ ਬਾਈਕ ਨੂੰ ਲਗਾ ਕੇ ਕੰਮ ਕਰ ਰਿਹਾ ਕਿਉਂਕਿ ਉੱਥੇ ਮੈਨੂੰ ਅੰਦਰ ਲਗਾਉਣੀ ਮੁਸ਼ਕਲ ਹੋ ਜਾਂਦੀ ਆ ਜਿੱਥੇ ਮੇਰਾ ਲੈਪਟਾਪ ਵਗੈਰਾ ਪਿਆ ਇਸ ਕਰਕੇ ਤਾਂ ਹੁਣ ਕਲੰਪ ਇੱਧਰ ਵੀ ਲਗਾਉਂਦੇ ਹਾਂ ਤਾਂ ਇੱਧਰ ਵੀ ਇਸੇ ਰੋਕ ਹੀ ਆਪਣੀ ਨਿਕਲ ਜਾਣੀ ਆ ਵਾਇਰਿੰਗ ਇੱਥੋਂ ਹੋ ਕੇ ਤਾਂ ਹੋ ਜਾਣੀ ਆ ਠੀਕ ਹੈ ਅਤੇ ਸਿੱਧੀ ਵਾਇਰਿੰਗ ਦੋਨੇ ਇਕੱਠੀਆਂ ਕਰ ਦਾਂਗੇ ਅੰਦਰ ਜਾ ਕੇ ਚਲੋ ਤੁਸੀਂ ਦੇਖੋ ਕਿਆ ਬਾਤ ਹੈ ਬਈ ਕਿਆ ਬਾਤ ਤਾਂ ਜਿਹੜੀ ਇਹਨਾਂ ਦੀ ਸੈਟਿੰਗ ਹੈ ਉਹ ਰਾਤ ਨੂੰ ਕਰਾਂਗੇ ਕਿਉਂਕਿ ਇਹ ਸੈਟਿੰਗ ਜਿਹੜੀ ਹੁੰਦੀ ਹੈ ਰਾਤ ਨੂੰ ਹੋਣੀ ਆ ਲਾਈਟਾਂ ਦੀ ਠੀਕ ਹੈ ਬਾਕੀ ਆਪਾਂ ਫਿਟਿੰਗ ਇਹਦੀ ਵੀ ਕਰ ਦਈਏ ਠੀਕ ਹੈ ਵਾਇਰਿੰਗ ਵੀ ਉੱਤੋਂ ਦੀ ਉਸੇ ਤਰੀਕੇ ਨਾਲ ਲਗਾਈਏ ਤਾਂ ਆਪਾਂ ਹੁਣ ਇਹਨੂੰ ਖੋਲ ਲਈਏ ਵਾਈਜ਼ਰ ਨੂੰ ਇਹਦੇ ਨੂੰ ਵਾਈਜ਼ਰ ਖੋਲ ਕੇ ਵਿੱਚੋਂ ਫਿਟਿੰਗ ਕਰ ਦਿੰਦੇ ਹਾਂ ਠੀਕ ਹੈ ਤਾਂ ਜਿਹੜੀ ਫਲੈਸ਼ਰ ਵੱਜਣਾ ਉਹ ਇਸ ਤੋਂ ਵੱਜਣਾ ਜਿਸ ਤਰ੍ਹਾਂ ਇਹਦਾ ਫਲੈਸ਼ਰ ਵੱਜ ਦੇਣਾ ਠੀਕ ਹੈ ਦੋਵਾਂ ਦਾ ਉੱਦਾਂ ਹੀ ਉਹਨਾਂ ਦਾ ਫਲੈਸ਼ਰ ਵੀ ਹੈਗਾ ਵਿੱਚ ਸਿਸਟਮ ਹੈਗਾ ਅਤੇ ਉਹ ਇਹਨਾਂ ਦੇ ਨਾਲ ਹੀ ਕਨੈਕਟ ਹੋ ਜਾਏਗਾ ਠੀਕ ਹੈ ਆਜੋ ਤੁਹਾਨੂੰ ਪ੍ਰੋਸੈਸ ਅੱਗੇ ਦਿਖਾਉਂਦਾ ਤਾਂ ਲਓ ਜੀ ਅਸੀਂ ਫਿਟਿੰਗ ਕਰ ਚੁੱਕੇ ਹਾਂ ਤਾਂ ਬਾਕੀ ਦਿਖਾਉਂਦੇ ਤੁਹਾਨੂੰ ਹੁਣ ਚਾਰੇ ਬਲਿੰਕ ਕਰਨੀਆਂ ਠੀਕ ਹੈ ਦੋ ਉੱਪਰਲੀਆਂ ਦੋ ਨੀਚੇ ਵਾਲੀਆਂ ਬਲਿੰਕ ਕਰਨੀਆਂ ਅਤੇ ਸਿੰਪਲ ਵੀ ਜਗਦੀਆਂ ਚਾਰੇ ਕੀ ਬੋਲਦੀ ਹੈ ਫਿਰ ਯੂਟਿਊਬ ਦੀ ਫੈਮਿਲੀ ਸਾਡੀ ਵਧੀਆ ਲੱਗੀਆਂ ਅਤੇ ਲਾਈਕ ਕਰ ਦਿਓ ਯਾਰ ਤਾਂ ਜਿਹਨਾਂ ਨੂੰ ਕੁਛ ਵੱਖਰਾ ਇਹਦੇ ਵਿੱਚ ਚਾਹੀਦਾ ਜਾਂ ਕੁਛ ਵੱਖਰੀ ਲਾਈਟ ਲਗਾਈਏ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਅਸੀਂ ਇਹਦੇ ਵਿੱਚ ਵੱਖਰਾ ਹੋਰ ਕਰੀਏ ਕਿਉਂਕਿ ਬਾਈਕ ਹੱਦੋਂ ਪਾਰ ਵੈਸੇ ਜੋ ਵੀ ਆ ਕਿ ਅਸੀਂ ਜਿੱਥੋਂ ਤੱਕ ਵੀ ਹੋ ਸਕਿਆ ਅਸੀਂ ਤਿਆਰ ਕੀਤੀ ਹੈ ਠੀਕ ਹੈ ਬਾਕੀ ਕੋਈ ਕਸਰ ਛੱਡੀ ਨਹੀਂ ਸਿਰਫ ਵੀਲ ਲਾਈਟਾਂ ਨੂੰ ਛੱਡ ਕੇ ਬਾਕੀ ਸਾਰੀ ਹੀ ਕਸਰ ਕੱਢਤੀ ਹੈ ਕਮੈਂਟ ਬਾਕਸ ਦੇ ਵਿੱਚ ਦੱਸੋ ਅਸੀਂ ਰਿਮੋਟ ਵਾਲੀਆਂ ਵੀਲ ਲਾਈਟਾਂ ਲਾਈਏ ਜਾਂ ਨੋਰਮਲ ਲਾਈਏ ਕਮੈਂਟ ਬਾਕਸ ਦੇ ਵਿੱਚ ਦੱਸੋ ਕਿਸ ਤਰ੍ਹਾਂ ਦੀ ਬਾਈਕ ਲੱਗ ਰਹੀ ਆ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤਾਂ ਲਓ ਜੀ ਆਪਣਾ ਵਲੌਗ ਜਿੰਨਾ ਹੁਣ ਅਸੀਂ ਕੰਪਲੀਟ ਹੋ ਚੁੱਕਾ ਹੈ ਬਾਕੀ ਇਹਦੀ ਆਪਾਂ ਟੈਸਟ ਜਿਹੜੀ ਹੈ ਮਤਲਬ ਕਿ ਟੈਸਟ 'ਚ ਕਰਾਂਗੇ ਇਹਨੂੰ ਰਾਤ ਨੂੰ ਚੈੱਕ ਕਰਾਂਗੇ ਕਿੰਨੀ ਲਾਈਟ ਹੈ ਕੀ ਹਿਸਾਬ ਪਾਵੇ ਜਾਂ ਰਾਤ ਨੂੰ ਚੈੱਕ ਕਰਾਂਗੇ ਰਾਤ ਨੂੰ ਥੋੜ੍ਹੀ ਥੋੜ੍ਹੀ ਇਹਦੀ ਸੈਟਿੰਗ ਵੀ ਕਰ ਦਾਂਗੇ ਜਿਹੜਾ ਮਤਲਬ ਕਿ ਲਾਈਟ ਪ੍ਰੋਪਰ ਰੋਡ 'ਤੇ ਤਾਂ ਇੱਕ ਰੋਡ 'ਤੇ ਇੱਕ ਥੋੜ੍ਹੀ ਉਹਦੇ ਨੂੰ ਅੱਗੇ ਲਾਈਟ ਪਵੇਗੀ ਜਿਹੜਾ ਕਿ ਆਪਣਾ ਥੋੜ੍ਹਾ ਥੋੜ੍ਹਾ ਫਰਕ ਰੱਖਣਾ ਪੈਂਦਾ ਇਹਨਾਂ ਦੋਵਾਂ ਲਾਈਟਾਂ ਦੇ ਵਿੱਚ ਠੀਕ ਹੈ ਐਸੀ ਜੇ ਹੋ ਸਕਿਆ ਜਾਂ ਸੰਡੇ ਰਾਈਡ ਨਾਈਟ ਜਾਂ ਡੇ ਮੋਰਨਿੰਗ ਟਾਈਮ ਲਗਾਵਾਂਗੇ ਸੰਡੇ ਰਾਈਡ ਜ਼ਰੂਰ ਲਗਾਵਾਂਗੇ ਕਿ ਕਾਫੀ ਟਾਈਮ ਹੋ ਗਿਆ ਸੰਡੇ ਰਾਈਡ ਨਹੀਂ ਸੰਡੇ ਰਾਈਡ ਨਹੀਂ ਲਗਾਈ ਠੀਕ ਹੈ ਇੱਕ ਇਹਨੂੰ ਬਾਈਕ ਲਈ ਆਪਾਂ ਜਿਹੜੀ ਇਹ ਟੋਟਲ ਸਪੀਡ ਦੱਸਣੀ ਹੈ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਪ੍ਰਤੀਨਾ ਬਾਈਕ ਦੀ ਟੋਟਲ ਸਪੀਡ ਦੱਸਣੀ ਹੈ ਠੀਕ ਹੈ ਤਾਂ ਇਸ ਕਰਕੇ ਟੋਟਲ ਬਾਈਕ ਦੀ ਜਿਹੜੀ ਸਪੀਡ ਹੈ ਆਪਾਂ ਉਹ ਦਿਖਾਵਾਂਗੇ ਜਿੰਨੀ ਵੀ ਸਪੀਡ ਹੋਏਗੀ ਆਪਾਂ ਲਾਈਵ ਸਪੀਡ ਦਿਖਾਵਾਂਗੇ ਕਿੰਨੀ ਹੋਏਗੀ ਬਾਈਕ